ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਨਾਮੀਬੀਆ ਤੋਂ 8 ਚੀਤੇ ਭਾਰਤ ਪਹੁੰਚੇ ਹਨ। ਇਹ ਚੀਤੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਰੱਖੇ ਗਏ ਹਨ। ਇਹ ਚੀਤੇ ਅੱਜ ਸਵੇਰੇ ਹੀ ਭਾਰਤ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹਨਾਂ ਨੂੰ ਵੇਖਣ ਕੁਨੋ ਨੈਸ਼ਨਲ ਪਾਰਕ ਵਿੱਚ ਗਏ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਕ੍ਰੇਟ ਖੋਲ੍ਹੇ ਅਤੇ ਫਿਰ ਇੱਕ ਇੱਕ ਕਰਕੇ ਸਖ਼ਤ ਸੁਰੱਖਿਆ ਦੇ ਵਿੱਚ ਚੀਤਿਆਂ ਨੂੰ ਕ੍ਰੇਟ ਵਿੱਚੋਂ ਬਾਹਰ ਕੱਢਿਆ ਗਿਆ। ਇਸ ਮੌਕੇ ਪੀਐਮ ਮੋਦੀ ਨੇ ਇਨ੍ਹਾਂ ਚੀਤਿਆਂ ਦੀਆਂ ਤਸਵੀਰਾਂ ਵੀ ਲਈਆਂ। ਇਸ ਤੋਂ ਪਹਿਲਾਂ ਸਿਵਲ ਐਵੀਏਸ਼ਨ ਮੰਤਰੀ ਜੋਤੀਰਾਦਿੱਤਿਆ ਸਿੰਧਿਆ ਗਵਾਲੀਅਰ ਵਿੱਚ ਇਨ੍ਹਾਂ ਚੀਤਿਆਂ ਨੂੰ ਖੁਦ ਲੈਣ ਪਹੁੰਚੇ ਸਨ।